ਸਤਿ ਸ਼੍ਰੀ ਅਕਾਲ, ਮੈਂ ਗੁਰਪਾਲ ਸਿੰਘ ਬਰਾੜ। ਅਸੀਂ ਅੱਜ ਨੰਗਲੰਬੀਆਂ ਪਹੁੰਚੇ ਹਾਂ। ਸੰਦੀਪ ਨੰਗਲੰਬੀਆਂ ਬਾਈ ਸਾਨੂੰ ਛੱਡ ਚੁੱਕੇ ਨੇ, ਉਹ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਨੇ। ਕਿਸੇ ਨੇ ਬਹੁਤ ਹੀ ਜ਼ੁਲਮ ਭਰਿਆ ਕੰਮ ਕੀਤਾ। ਪੰਜਾਬ ਦੇ ਵਿੱਚ ਕਬੱਡੀ ਪੰਜਾਬੀ ਦੀ ਮਾਂ ਖੇਡ ਹੈ, ਔਰ ਮਾਂ ਖੇਡ ਨੂੰ ਬਹੁਤ ਵੱਡਾ ਘਾਟਾ ਪਿਆ। ਜਿਵੇਂ ਮਾਂ ਦੀ ਕੁੱਖ ਸੁੰਨੀ ਹੋ ਗਈ ਹੈ, ਕਹਿ ਰਹੇ ਨੇ ਕਬੱਡੀ ਖਿਡਾਰੀ। ਸਾਡੇ ਨਾਲ ਦੋ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ, ਪਿੰਦੂ ਤੇ ਰੁਪਿੰਦਰ ਦੋਦਾ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਕਿੱਦਾਂ ਸਮਝਦੇ ਹੋ ਕਿ ਕਬੱਡੀ ਨੂੰ ਜਿਹੜਾ ਘਾਟਾ ਪਿਆ ਪੂਰਾ ਹੋ ਸਕਦਾ ਕਦੇ? ਨਹੀਂ ਭਾਈ, ਕਦੇ ਨਹੀਂ ਹੋ ਸਕਦਾ, ਬਹੁਤ ਵੱਡਾ ਘਾਟਾ ਪਿਆ ਭਾਈ। ਤੁਸੀਂ ਭਾਈ ਦੇ ਨਾਲ ਖੇਡੇ ਹੋ? ਹਾਂਜੀ ਭਾਈ, ਖੇਡੇ ਭਾਈ। ਕਿਹੋ ਜਿਹੀ ਖੇਡ ਸੀ ਉਹ ਜੀ? ਖੇਡ ਦੇ ਮੈਦਾਨ ਦੇ ਵਿੱਚ ਕਿਹੋ ਜਿਹਾ ਸੀ, ਮੈਦਾਨ ਤੋਂ ਬਾਹਰ ਕਿਹੋ ਜਿਹਾ? ਸਿਰ ਆਈ ਸੀ ਭਾਈ ਭਾਈ ਤਾਂ ਐਨੀ ਕੀ ਰੀਸ ਭਾਈ ਉਹਨਾਂ ਦੀ। ਸੀਨੀਅਰ ਸੀ, ਸਿੱਖਣ ਨੂੰ ਮਿਲਿਆ ਬਹੁਤ ਕੁਛ? ਬਹੁਤ ਕੁਛ ਭਾਈ। ਜਦੋਂ ਜਿੱਦਾਂ ਤੁਸੀਂ ਪਾਈਆਂ ਰੇਡਾਂ ਕਦੇ ਉਹਦੇ 'ਚ? ਹਾਂਜੀ ਭਾਈ ਜੀ, ਕਾਫੀ ਮੈਚ ਲੱਗਿਆ ਭਾਈ ਨਾਲ ਸਾਡੇ। ਤੇ ਜਦੋਂ ਆਪਾਂ ਕਹਿੰਦੇ ਭਲਾ ਖਿਡਾਰੀ ਵਿਰੋਧੀ ਹੋਏ, ਸਿੱਖਣ ਨੂੰ ਬੜਾ ਕੁਛ ਮਿਲਦਾ, ਸਿੱਖਿਆ ਉਹ ਤੋਂ ਬਹੁਤ? ਭਾਈ ਬਹੁਤ ਕੁਛ ਸਿੱਖਣ ਨੂੰ ਮਿਲਿਆ, ਹਨਾ, ਕਿਉਂਕਿ ਕਬੱਡੀ ਬਹੁਤ ਲੰਮਾ ਟਾਈਮ ਹੋ ਗਿਆ ਖੇਡੀ ਜਾਂਦੇ ਨੂੰ ਬਾਈ ਨੂੰ, ਬਹੁਤ ਕੁਛ ਮਿਲਿਆ ਸਾਨੂੰ। ਉਹ ਬਦਲਾਅ ਲਿਆਉਣਾ ਚਾਹੁੰਦਾ ਸੀ ਕਬੱਡੀ ਦੇ ਵਿੱਚ, ਸੱਚ? ਹਾਂਜੀ, ਉਹ ਕਬੱਡੀ ਪਿੱਛੇ ਬਹੁਤ ਜ਼ੋਰ ਲਾ ਰਿਹਾ ਸੀ, ਹਨਾ, ਆਪਦਾ ਸਾਰੀ ਕਬੱਡੀ 20-22 ਸਾਲ ਹੋ ਗਿਆ ਨਾ ਉਹਨੂੰ ਕਬੱਡੀ ਸੁਧਾਰਨ ਤੇ, ਉਹਦੀ ਇੱਛਾ ਸੀ ਵੀ ਕਬੱਡੀ ਮੈਂ ਸਹੀ ਕਰਾਂ, ਹਨਾ, ਜੋ ਕਬੱਡੀ 'ਚ ਚੱਲ ਰਿਹਾ। ਜਾਫ ਦੇ ਦਾ ਪੇਜ ਕਦੇ ਸੰਦੀਪ ਤੋਂ ਇੰਪ੍ਰੈਸ ਹੋ ਕੇ ਸਿੱਖੇ? ਹਾਂਜੀ ਜੀ, ਫੋਲੋ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ ਜੀ। ਕਹਿੰਦੇ ਆਪਦਾ ਭਾਈਚਾਰਾ ਹੋਵੇ, ਉਹ ਖੜੇ ਤਾਂ ਹੁਣ, ਲੋਕ ਕਹਿੰਦੇ ਨਾ ਇਨਸਾਫੀ ਹੋਈ ਹੈ, ਕਿਸੇ ਨੇ ਮਾਰਤਾ, ਹਜੇ ਜ਼ਿੰਦਗੀ ਹੋਰ ਜਿਉਣੀ ਸੀ, ਕਤਲ ਕਰਤਾ, ਤੇ ਖਿਡਾਰੀ ਹੈ ਜਿਹੜੇ ਆਪਦੀ ਖੇਡਾਂ 'ਚ ਬਿਜ਼ੀ ਹੋ ਜਾਣਗੇ, ਕਿ ਉਹਦੇ ਇਨਸਾਫ ਦੇ ਲਈ ਲੜੋਗੇ ਤੁਸੀਂ? ਬਾਈ ਇਹ ਨਹੀਂ ਹੋ ਸਕਦਾ, ਅਸੀਂ ਜਿੰਨੇ ਚਿਰ ਬਾਈ ਨੂੰ ਇਨਸਾਫ ਨਹੀਂ ਮਿਲਦਾ, ਸਾਨੂੰ ਵੀ ਕਬੱਡੀ ਨੂੰ ਸੰਤੁਸ਼ਟੀ ਨਹੀਂ ਮਿਲਣੀ ਉਹਨਾਂ ਚਿਰ, ਹਨਾ। ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਸਰਕਾਰਾਂ ਤੋਂ, ਬਈ ਸਾਡੀ ਮਾਂ ਖੇਡ ਕਬੱਡੀ ਦਾ ਇੱਕ ਯੁੱਗ ਖਤਮ ਹੋ ਗਿਆ, ਅਸੀਂ ਇਨਸਾਫ਼ ਮੰਗਦੇ ਹਾਂ ਵੀ ਜਿਹਨੇ ਵੀ ਇਹ ਐਡੀ ਘਟਿਆ ਹਰਕਤ ਕੀਤੀ ਆ ਨਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਬਾਈ ਕਬੱਡੀ ਦਾ ਨਾਮ ਇੰਨਾ ਵੱਡਾ ਹੋ ਗਿਆ, ਵੀ ਤੁਸੀਂ ਜਦੋਂ ਤੱਕ ਕਬੱਡੀ ਚ ਆਏ, ਤੁਹਾਡੇ ਸੀਨੀਅਰ ਸੀ ਸੰਦੀਪ ਭਾਜੀ, ਤੁਹਾਨੂੰ ਉਹਨਾਂ ਚੀਜ਼ਾਂ ਦਾ ਫਾਇਦਾ ਹੋਇਆ ਵੀ ਸੰਦੀਪ ਭਾਰਾ ਨੇ ਨਾਮ ਵੱਡਾ ਕੀਤਾ ਤੇ ਅੱਜ ਤੁਹਾਡੇ ਵਾਸਤੇ ਵੀ ਕਬੱਡੀ ਕਰੋੜਾਂ ਦਾ? ਬਹੁਤ ਫਾਇਦਾ ਕੀਤਾ ਉਹਨਾਂ ਨੇ, ਗਾਂ ਉਹਨਾਂ ਨੇ ਕਬੱਡੀ ਵਧਾਈ, ਹੈ ਨਾ, ਉਹ ਸਾਨੂੰ ਬਹੁਤ ਬੈਨੀਫਿਟ ਮਿਲਦਾ ਉਹਨਾਂ ਚੀਜ਼ਾਂ ਦਾ, ਹੈ ਨਾ। ਪਰ ਹੁਣ ਦੁੱਖ ਆ ਸਾਨੂੰ, ਜਿਹੜੇ ਉਹਨਾਂ ਨੇ ਇੰਨੀ ਕਬੱਡੀ ਵਧਾਈ ਤੋਂ ਐਂਡ ਤੇ ਆ ਕੇ ਉਹਨਾਂ ਨਾਲ ਆਏ ਹੋਏ ਜੇ, ਹੈ ਨਾ, ਬਹੁਤ ਦੁੱਖ। ਤੁਹਾਨੂੰ ਕੀ ਲੱਗਦਾ ਰੁਪਿੰਦਰ ਵੀ ਕਬੱਡੀ ਦੇ ਵਿੱਚ ਵੱਡਾ ਚਿਹਰਾ ਸੀ ਤਾਂ ਉਹਦੇ ਨਾਲ ਐਸਾ ਕੁਛ ਹੋਇਆ? ਕਈ ਲੋਕ ਇਲਜ਼ਾਮ ਇਹ ਵੀ ਲਾ ਰਹੇ ਨੇ ਵੀ ਉਹ ਵੀ ਇਲਜ਼ਾਮ ਸੀਗਾ, ਉਹ ਵੀ ਇਨਵੋਲਵ ਸੀਗਾ ਇਹੋ ਜਿਹੀਆਂ ਐਕਟੀਵਿਟੀਜ਼ ਦੇ ਵਿੱਚ। ਤੁਹਾਨੂੰ ਲੱਗਦਾ ਵੀ ਇਹੋ ਜਿਹੇ ਕੰਮ ਕਰ ਸਕਦਾ? ਇਹੋ ਜਿਹੇ ਕੰਮਾਂ 'ਚ ਕੋਈ ਨਹੀਂ ਸੀ, ਬਸ ਉਹ ਸੱਚ ਦੇ ਰਾਹ ਤੇ ਚੱਲ ਰਿਹਾ ਸੀਗਾ, ਜਿਹੜਾ ਬੰਦੇ ਦੀ ਜ਼ਿੰਦਗੀ ਵਿੱਚ ਭੁਗਤਣਾ ਪਿਆ ਉਹਨੂੰ। ਸੋ ਇਹ ਰੁਪਿੰਦਰ ਜਲਾਲ ਨੇ ਔਰ ਭਾਈ ਪਿੰਦੂ, ਦੁੱਖ ਤਾਂ ਹੁਣ ਸਾਰਿਆਂ ਨੂੰ ਹੀ ਹੈ, ਪਰ ਇਹਨਾਂ ਦਾ ਕਹਿਣਾ ਕਿ ਕਬੱਡੀ ਦਾ ਇੱਕ ਯੁੱਗ ਖਤਮ ਹੋ ਗਿਆ, ਬਹੁਤ ਵੱਡੀ ਗੱਲ ਹੈ। ਕਬੱਡੀ ਦਾ ਇੱਕ ਯੁੱਗ ਖਤਮ ਹੋ ਗਿਆ, ਹੁਣ ਕਬੱਡੀ ਖਿਡਾਰੀ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਜਿੰਨਾ ਚਿਰ ਬਾਈ ਨੂੰ ਇਨਸਾਫ਼ ਨਹੀਂ ਮਿਲੇਗਾ ਅਸੀਂ ਡਟ ਕੇ ਲੜਾਂਗੇ।